ਆ ਜਿਹੜੇ ਖਾਨੇ ਬਣੇ ਹੋਏ ਹਨ ਇਸ ਸਾਈਡ ਤੇ ਵੀ ਤੇ ਇਸ ਸਾਈਡ ਤੇ ਵੀ ਇਹਨਾਂ ਵਿੱਚ ਆਪਾਂ ਪਾਣੀ ਹੈ ਜੀ। ਬਿਸਮਿਲ੍ਲਾਹਿਰ ਰਹੀਮ ਅਸਲਾਮੁ ਅਲੈਕਮ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਆ ਦੇਖੋ ਰਾਤੀਆਂ ਇੱਥੇ ਪਈਆਂ ਹੋਈਆਂ ਨੇ, ਛੋਟੇ ਪੀੜੇ ਵਗੈਰਾ ਤੋਂ ਚੱਕ ਲੈ ਸੀ। ਭਾਈ ਸਾਹਿਬ ਵੱਜਣਾ ਫਿਰ ਮਸਲਾ ਬਣ ਗਿਆ, ਬੰਦਾ ਜਿਹੜਾ ਹੈ ਜਨਾਜ ਨਹੀਂ ਆਇਆ, ਪਤਾ ਨਹੀਂ ਕੀ ਮਸਲਾ ਬਣਿਆ। ਛੁੱਟੀ ਕਰਨ ਨਾਲ ਤਾਂ ਨਹੀਂ ਸੀ, ਲੇਕਿਨ ਅੱਜ ਨੂੰ ਛੁੱਟੀ ਉਹਨੇ ਮਾਰ ਦਿੱਤੀ ਆ। ਅੱਜ ਰੰਗ ਵਗੈਰਾ ਕਰਨੀਆਂ ਸੀ ਕਿਆਰੀਆਂ ਤੇ ਆਪਣੀ ਜਗ੍ਹਾ ਤੇ ਜੋੜਨੀਆਂ ਸੀ, ਲੇਕਿਨ ਹੁਣ ਨਾ ਅਬਦੁਲ ਰਹਿਮਾਨ ਵੀ ਛੁੱਟੀ ਹੈ ਤੇ ਕੋਈ ਟੈਨਸ਼ਨ ਨਹੀਂ, ਚੱਕ ਲੈਂਦਾ ਤੇ ਰਲ ਮਿਲ ਕੇ ਦੋਨੋਂ ਪਿਓ ਪੁੱਤਰ ਜਿਹੜਾ ਹੈਗਾ ਨਾ ਅੱਜ ਕੰਮ ਕਰਨੇ ਆ, ਦੋਨੋਂ ਮਜ਼ਦੂਰ ਬਣ ਕੇ ਤੇ ਸਾਰੀਆਂ ਕਿਆਰੀਆਂ ਚੱਕ ਕੇ ਨਾ ਇੱਥੇ ਜੋੜਦੇ ਆ ਤੇ ਫਿਰ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਕਲਰ ਵੀ ਕਰਦੇ ਆ ਇਨਸ਼ਾਅੱਲਾ। ਅਲਹਮਦੁਲਿਲਾ ਚੈੱਕ ਕਰੋ ਜੀ, ਫੁੱਲ ਵਗੈਰਾ ਫਿਰ ਖਿੜੇ ਖੜੇ ਨੇ ਔਰ ਕਾਫੀ ਜ਼ਿਆਦਾ ਇਸ ਵਾਰੀ ਲੱਗੇ ਨੇ। ਤੁਹਾਨੂੰ ਮੈਂ ਨਾ ਸਵੇਰ ਸਵੇਰ ਨਾ ਮੌਸਮ ਦਿਖਾਉ ਸੀ, ਫਿਰ ਮੈਂ ਵਾਪਸ ਆ ਗਿਆ। ਤੁਹਾਨੂੰ ਪਹਿਲੇ ਮੌਸਮ ਦਿਖਾਉਣਾ। ਆਹਾਹਾ ਸਵਾਦ ਆ ਗਿਆ ਭਾਈ ਸਾਹਿਬ, ਕੋਈ ਸ਼ੈ ਨਜ਼ਰ ਨਹੀਂ ਆ ਰਹੀ, ਚੈੱਕ ਕਰੋ। ਧੁੰਦੀ ਧੁੰਦ ਧੁੰਦੀ ਧੁੰਦ ਧੁੰਦ ਨਹੀਂ ਹੈਗੀ, ਤੁਹਾਨੂੰ ਅਗਲੇ ਦਿਨ ਦੱਸਿਆ ਸੀ ਸਮੋਗ, ਫਿਰ ਮੇਰੇ ਦਿਮਾਗ 'ਚ ਧੁੰਦ ਭਰੀ ਹੋਈ ਆ, ਪਤਾ ਨਹੀਂ ਕੀ ਚੱਕਰ ਹੈ, ਇਤਨੀ ਜ਼ਿਆਦਾ ਸਮੋਗ ਹੈ ਨਾ, ਅਗਰ ਸੱਚੀ ਪੁੱਛੋ ਨਾ ਸਾਹ ਲੈਣਾ ਵੀ ਨਾ ਮੁਸ਼ਕਿਲ ਹੋਇਆ। ਠੰਡ ਬਿਲਕੁਲ ਕੋਈ ਨਹੀਂ ਆ ਜ਼ਰਾ ਸਾਰੀ ਵੀ, ਔਰ ਇੰਨੀ ਜ਼ਿਆਦਾ ਧੁੰਦ ਹੈ ਨਾ, ਇਹ ਦੇਖੋ ਕੋਈ ਸ਼ੈ ਨਜ਼ਰ ਨਹੀਂ ਆ ਰਹੀ ਦੂਰ ਦੂਰ ਤੱਕ। ਅੱਗੇ ਤੱਕ ਥੋੜ੍ਹਾ ਬਹੁਤਾ ਮੌਸਮ ਸੈੱਟ ਹੁੰਦਾ ਸੀ, ਲੇਕਿਨ ਅੱਜ ਮੌਸਮ ਹੋਈ ਖਰਾਬ। ਔਰ ਮੈਂ ਦੇਖ ਰਿਹਾ ਇਹ ਪਤਾ ਨਹੀਂ ਕੀ ਸ਼ੈ ਪਈ ਹੋਈ ਆ, ਆਂਡਿਆਂ ਦੀ ਛਿੱਲਾਂ ਨੇ ਮੈਂ ਕੁਛ ਦਮ ਟੋਣਾ ਤਾਂ ਨਹੀਂ ਕਰਕੇ ਰੱਖਿਆ ਕੁਛ ਹੈ, ਆਂਡਿਆਂ ਦੀ ਛਿੱਲਾਂ ਬੱਚਿਆਂ ਨੇ ਮੇਰੇ ਘਰ ਰੱਖੀਆਂ ਨੇ। ਸਾਡਾ ਇਲਾਕਾ ਤਾਂ ਇੰਜ ਹੋਇਆ ਪਿਆ ਨਾ, ਬਹੁਤ ਹੀ ਬੁਰਾ ਹਾਲ ਹੋਇਆ ਪਿਆ ਧੁੰਦ ਨਾਲ। ਤੁਹਾਨੂੰ ਬਾਹਰ ਚੱਲ ਕੇ ਰੋਡ 'ਤੇ ਦਿਖਾਉਣਾ, ਰੋਡ 'ਤੇ ਵੀ ਕੁਛ ਨਜ਼ਰ ਨਹੀਂ ਆ ਰਿਹਾ। ਔਰ ਪੀੜੇ ਦੇਖੋ ਉਲਟੇ ਸਿੱਧੇ ਹੋਏ ਪਏ, ਨਾਸ਼ਤਾ ਵਗੈਰਾ ਬੱਚਿਆਂ ਨੇ ਕੀਤਾ ਨਾ, ਅਤੇ ਇੱਥੇ ਜਿਹੜਾ ਹੈਗਾ ਨਾ ਅੱਜ ਪੀੜੀਆਂ 'ਤੇ ਭਾਈ ਸਾਹਿਬ ਬੈਠੇ ਰਹੇ ਨੇ। ਅੱਛਾ ਮੈਨੂੰ ਨਾ ਹੋਰ ਵੀ ਕਮੈਂਟ ਸੀ ਕਿ ਨਵਾਜ਼ ਬਈ ਤੁਸੀਂ ਨਾ ਇਹਨਾਂ ਮੰਜਿਆਂ ਦਾ ਨਾ ਦੇਸੀ ਸਟਾਈਲ ਡਾਇਨਿੰਗ ਟੇਬਲ ਵਗੈਰਾ ਤੁਸੀਂ ਬਣਾ ਲਓ ਇਹਨਾਂ ਦਾ ਡਾਇਨਿੰਗ ਟੇਬਲ, ਕਿ ਹਾਂ ਵੈਸੇ ਮੰਜਿਆਂ 'ਤੇ ਬਹਿ ਕੇ ਬੰਦਾ ਖਾ ਪੀ ਸਕਦਾ, ਜਾਂ ਡਾਇਨਿੰਗ ਟੇਬਲ ਨਾਲ ਕੋਈ ਮਸਲ ਪਿਆ ਤਾਂ ਹੈ ਡਾਇਨਿੰਗ ਟੇਬਲ, ਲੇਕਿਨ ਉਹ ਸ਼ੀਸ਼ੇ ਦਾ, ਉਹ ਬੱਚਿਆਂ ਨੇ ਤੋੜ ਦੇਣਾ, ਅਤੇ ਸ਼ੀਸ਼ੇ ਦੀ ਚੀਜ਼ ਤਾਂ ਰੱਖਣੀ ਨਹੀਂ ਬੱਚਿਆਂ ਦੇ ਕੋਲ ਨਾ, ਬਿਲਕੁਲ ਨਹੀਂ ਰੱਖਣੀ, ਠੀਕ ਹੈ ਨਾ, ਕਿਉਂਕਿ ਬੱਚਿਆਂ ਨੇ ਛੱਡਣੀ ਅਤੇ ਇਹਨਾਂ ਨੂੰ ਉਣਾ ਲੈਂਦੇ ਹਨ ਇੱਕ ਵਾਰੀ, ਅਤੇ ਫਿਰ ਸ਼ਾਇਦ ਇੱਥੇ ਦੇਸੀ ਸਟਾਈਲ ਦਾ ਡਾਇਨਿੰਗ ਟੇਬਲ ਬਣ ਜਾਵੇ ਕੋਈ, ਪਤਾ ਨਹੀਂ, ਕਿਉਂਕਿ ਮੰਜੇ ਰੱਖ ਦਿਆਂਗੇ ਬਾਕੀ ਇੱਥੇ ਜੋੜ ਕੇ, ਅਤੇ ਥੱਲੇ ਵਿੱਚ ਕਦੇ ਟੇਬਲ ਰੱਖ ਕਦੇ ਕੁਛ ਰੱਖ ਲੈਂਦੇ ਤਾਂ ਬਹਿ ਕੇ ਬੰਦਾ ਨਾ ਖਾ ਪੀ ਸਕਦਾ। ਬਾਕੀ ਸਾਰੇ ਭੈਣ ਭਾਈਆਂ ਨੂੰ ਜਿਹੜਾ ਹੈਗਾ ਨਾ ਪਸੰਦ ਆਏ ਨੇ ਮੰਜੇ, ਮੈਨੂੰ ਵੀ ਕਾਫੀ ਪਿਆਰੇ ਲੱਗੇ ਸੀ ਤਾਂ ਹੀ ਤਾਂ ਮੈਂ ਲੈ ਕੇ ਆਇਆ। ਇਨਸ਼ਾਅੱਲਾ ਹੁਣ ਨਾ ਇਵੇਂ ਕਲੀਨ ਨਜ਼ਰ ਆਵੇਗਾ ਘਰ, ਕੋਸ਼ਿਸ਼ ਕਰਾਂਗੇ ਕਿ ਇਹਨੂੰ ਨਾ ਸਾਫ਼ ਸੁਥਰਾ ਹੀ ਰੱਖਾਂਗੇ। ਨਾਸ਼ਤਾ ਮੈਂ ਕਰ ਲਿਆ ਔਰ ਲਾਈਟ ਵਗੈਰਾ ਅੰਦਰ ਅੱਜ ਬਲਦੀ ਪਈ ਆ, ਉਹਦੀ ਵਜ੍ਹਾ ਪਤਾ ਕੀ ਆ, ਮੈਂ ਤੁਹਾਨੂੰ ਤਿੰਨ ਛੱਤ 'ਤੇ ਲੈ ਚੱਲਣਾ, ਸਮੋਗ ਬਹੁਤ ਜ਼ਿਆਦਾ ਪੈ ਰਹੀਆਂ ਨੇ ਤਾਂ ਬੱਚਿਆਂ ਨੂੰ ਅੰਦਰ ਰੱਖਿਆ ਹੋਇਆ, ਬੱਚਿਆਂ ਨੂੰ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਮਸਲਾ ਬਣਦਾ, ਅਤੇ ਇਹ ਵਿੰਡੋ ਵੀ ਬੰਦ ਕਰ ਦਿੱਤੀ ਆ, ਐਸੇ ਵਿੰਡੋ ਅੱਗੇ ਪਰਦੇ ਲਾ ਦਿੱਤੇ ਨੇ, ਇਸ ਵਿੰਡੋ ਅੱਗੇ ਪਰਦਾ ਵਗੈਰਾ ਲਾ ਤਾ, ਸਾਰਾ ਘਰ ਨਾ ਬੰਦ ਕਰ ਦਿੱਤਾ, ਕਿਉਂਕਿ ਅੱਜ ਸਮੋਗ ਬਹੁਤ ਹੀ ਜ਼ਿਆਦਾ, ਸਮੋਗ ਕੇ ਬਾਹਰ ਤਾਂ ਸਾਹ ਹੀ ਲਿਆ ਜਾ ਰਿਹਾ, ਇੰਨੀ ਜ਼ਿਆਦਾ ਸਮੋਗ ਹੈ। ਸਾਰੀਆਂ ਵਿੰਡੋ ਵਗੈਰਾ ਜਿਹੜੇ ਨੇ ਉੱਤੋਂ ਹੀ ਬੰਦ ਕਰਤੀਆਂ ਤਾਂ ਕਿ ਅੰਦਰ ਸਮੋਗ ਨਾ ਆਵੇ। ਲਾਈਟ ਜਿਹੜੀ ਹੈ ਨਾ ਬਿਜਲੀ ਗਈ ਹੋਈ ਆ ਰਾਤ ਦੇ ਤਕਰੀਬਨ 4-1 ਵਜੇ, ਅਤੇ ਹਾਲੇ ਤੱਕ ਬਿਜਲੀ ਨਹੀਂ ਆਈ, ਸਵੇਰ ਤਕਰੀਬਨ 10 ਵਜਣ ਵਾਲੇ ਨੇ, ਅੱਲਾ ਖੈਰ ਕਰੇ। ਔਰ ਇਹ ਕੱਲ੍ਹ ਧੋਇਆ ਸੀ, ਕਲੀਨ ਵਗੈਰਾ ਧੋ ਕੇ ਅਤੇ ਸੁੱਕਣੇ ਪਾਇਆ ਸੀ, ਲੇਕਿਨ ਬਾਰਿਸ਼ ਔਰ ਬਾਰਿਸ਼ ਕਹਿ ਰਿਹਾ ਧੁੱਪ ਹੀ ਨਿਕਲੀ, ਇਹਨੇ ਜਿਹੜਾ ਸੁੱਕਣਾ ਕੀ ਸੀ, ਹਾਲੇ ਤੱਕ ਗਿੱਲਾ ਪਿਆ ਹੋਇਆ। ਧੋ ਕੇ ਰੱਖਿਆ ਸੀ ਮੈਂ, ਕਿਸੇ ਟਾਈਮ ਬੰਦਾ ਨਾ ਕੰਮ ਵਗੈਰਾ ਆ ਜਾਂਦਾ ਅਤੇ ਬਹਿ ਬੂ ਜਾਂਦਾ, ਇਸ ਕਰਕੇ ਨਾ ਕਾਫੀ ਗੰਦਾ ਹੋਇਆ ਪਿਆ ਸੀ। ਔਰ ਬਾਕੀ ਸਮੋਗ ਚੈੱਕ ਕਰੋ ਕਿੰਨੀ ਜ਼ਿਆਦਾ ਹੈ, ਅੱਲਾ ਮਾਫ਼ ਕਰੇ, ਪਤਾ ਨਹੀਂ ਕਿਸ ਤਰ੍ਹਾਂ ਦਾ ਮੌਸਮ ਬਣਿਆ ਪਿਆ ਯਾਰ, ਦੂਰ ਕੁਛ ਨਜ਼ਰ ਹੀ ਨਹੀਂ ਆ ਰਹੀ ਆ। ਇਹ ਆਦੀਆਂ ਕਿਆਰੀਆਂ ਨਾ ਚੱਕ ਕੇ ਉੱਧਰ ਹੁਣ ਲੈ ਜਾਣੀਆਂ ਨੇ, ਬੂਹਰੀ ਵੀ ਗਏ ਬੈਠਣ ਉੱਧਰ ਉਸ ਘਰ ਦੇ ਵਿੱਚ, ਕਿਉਂਕਿ ਬਿਜਲੀ ਹੈ ਕੋਈ ਨਹੀਂ ਅਤੇ ਮੋਬਾਇਲ ਵਗੈਰਾ ਉੱਧਰ ਚਾਰਜਿੰਗ ਕਰਦੇ ਪਏ, ਬਿਜਲੀ ਇੱਥੇ ਵੀ ਪਹੁੰਚਾਉਣਾ, ਵੈਸੇ ਮੈਂ ਇਨਸ਼ਾਅੱਲਾ ਨਾ ਕੋਸ਼ਿਸ਼ ਹੈ ਮੇਰੀ ਕਿ ਥੋੜ੍ਹੇ ਕੁ ਦਿਨਾਂ ਤੱਕ ਨਾ ਇਨਸ਼ਾਅੱਲਾ ਆਉਣ ਵਾਲੀਆਂ ਸਰਦੀਆਂ 'ਚ ਸਰ ਜਾਵੇਗਾ, ਗਰਮੀਆਂ ਦੇ ਆਉਣ ਤੋਂ ਪਹਿਲੇ ਪਹਿਲੇ ਨਾ ਜਿਹੜਾ UPR ਸਾਡਾ ਮਸਲ ਸਿਸਟਮ ਉਸ ਘਰ ਦੇ ਵਿੱਚ ਲੱਗਿਆ ਉਹਨੂੰ ਸਾਰਾ ਸਿਸਟਮ ਮੈਂ ਇਸ ਘਰ 'ਚ ਲੈਵਾਂਗੇ, ਅਤੇ ਉੱਧਰ ਜਿਹੜਾ ਹੈਗਾ ਨਾ ਇਨਸ਼ਾਅੱਲਾ ਨਵਾਂ ਸਿਸਟਮ ਲੈਵਾਂਗੇ। ਹੋਰ ਸੋਲਰ ਪਲੇਟਾਂ ਲਿਆ ਕੇ ਨਾ ਇੱਥੇ 2 ਸੋਲਰ ਪਲੇਟਾਂ ਰੱਖ ਕੇ ਨਾ ਅਤੇ ਉਹ ਵਾਲਾ UPS ਇੱਥੇ ਬੈਠ ਇੱਕ ਬੈਟਰੀ ਇੱਥੇ ਲਿਆ ਕੇ ਆਵਾਂਗੇ, ਕਿਉਂਕਿ ਫਿਰ ਇੱਥੇ ਜ਼ਰੂਰਤ ਪੈਣੀ ਹੈ ਨਾ ਇਸ ਕਰਕੇ। ਔਰ ਅੱਜ ਤੁਹਾਨੂੰ ਇਹ ਵੀ ਕਰ ਦਿਖਾਈਏ, ਮਾਸ਼ਾਅੱਲਾ ਕਾਹ ਵਗੈਰਾ ਕਾਫੀ ਗਰੋ ਕੀਤਾ ਹੋਇਆ ਜ਼ਬਰਦਸਤ, ਹਾਲ ਧੁੱਪ ਵਗੈਰਾ ਨਿਕਲਦੀ ਨਾ ਅਤੇ ਹੋਰ ਮਜ਼ੇਦਾਰ ਹੋਣਾ ਸੀ ਕੰਮ, ਲੇਕਿਨ ਚਲੋ ਗੁਜ਼ਾਰਾ ਤਾਂ ਹੈ ਹੀ ਨਾ। ਔਰ ਸੂਰਜਮੁਖੀ ਦਾ ਫੁੱਲ ਜਿਹੜਾ ਨਾ ਖਿਲਿਆ ਹੋਇਆ, ਇਸ ਟਾਈਮ ਨਾ ਇਹ ਸਾਰੇ ਫੁੱਲ ਨਾ ਖਿਲ ਜਾਂਦੇ ਹੁੰਦੇ ਸੀ ਜਿਹੜੇ ਇਹ ਨੇ, ਹਾਲੇ ਅੱਧੇ ਅੱਧੇ ਖਿਲੇ ਹੋਏ ਨੇ,
ਉਵੇਂ ਪਏ ਹੁੰਦੇ ਹਾਲਾਂਕਿ ਖਿਲਦੇ ਬਹੁਤ ਜ਼ਿਆਦਾ ਨੇ ਸੁਬਹ ਸੁਬਹ ਅਤੇ 11-12 ਵਜੇ ਜਦੋਂ ਸੂਰਜ ਨਿਕਲਦਾ ਸੀ ਨਾ ਇੰਨੇ ਜ਼ਿਆਦਾ ਫੁੱਲ ਲੱਗਦੇ ਨੇ ਨਾ ਪਰੇ ਜਾਂਦੇ ਇਹ ਜਗ੍ਹਾ ਜੀ ਨਾ ਬਿਲਕੁਲ ਗੁਲਾਬੀ ਨਜ਼ਰ ਆਉਂਦੀ ਆ। ਅਬਦੁਲ ਰਹਿਮਾਨ ਸਾਹਿਬ ਨੂੰ ਬੁਲਾ ਕੇ ਲੈਂਦਾ ਜੁੱਤੀ ਇਹਨੇ ਲਾਹ ਦਿੱਤੀ ਕਹਿ ਰਿਹਾ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਸਰ ਔਰ ਰੱਖਣੀਆਂ ਨਾ ਸ਼ੁਰੂ ਕਰ ਦਿੱਤੀਆਂ ਨੇ ਇਹ ਦੇਖੋ ਨਾ ਇੱਥੇ ਲੈਣ 'ਚ ਹੀ ਰੱਖਾਂਗੇ ਅਤੇ ਕਲਰ ਕੀਤੀਆਂ ਨਾ ਫਿਰ ਸੋਹਣੀਆਂ ਲੱਗਣੀਆਂ ਨੇ ਹੈ ਨਾ ਕਲਰ ਤੋਂ ਬਗੈਰ ਆ ਜਿਹੜਾ ਹੈ ਨਾ ਕਲਰ ਉਹ ਕੀ ਸੱਦੇ ਨੇ ਇਹਨਾਂ ਦਾ ਹੋਇਆ ਹੋਇਆ ਸੋਹਣਾ ਤਾਂ ਵੀ ਹੈ ਆਪਣੇ ਵੱਲੋਂ ਲੇਕਿਨ ਨਾ ਇਹਦਾ ਉਸ ਤਰ੍ਹਾਂ ਦਾ ਰੈੱਡ ਕਲਰ ਹੀ ਕਰਾਂਗੇ ਜ਼ਿਆਦਾ ਸਹੀ ਲੱਗੇਗਾ। ਇੱਥੇ ਕਿਆਰੀਆਂ ਵੱਡੀਆਂ ਇੱਥੇ ਆ ਗਈਆਂ ਨੇ ਬਾਕੀ ਨਾ ਦੋ ਰਹਿ ਗਈਆਂ ਨੇ ਫਿਰ ਮੈਂ ਥੋੜ੍ਹਾ ਬਹੁਤਾ ਨਾ ਸਾਹ ਕੱਢ ਲਈਏ ਅਤੇ ਲੈਣ 'ਚ ਰੱਖ ਦਿੱਤੀਆਂ ਨੇ ਠੀਕ ਆ। ਔਰ ਇੱਕ ਗੱਲ ਹੈ ਕਿ ਇਹਨਾਂ ਬੂਟਿਆਂ ਨੂੰ ਥੋੜ੍ਹਾ ਜਿਹਾ ਫਾਸਲਾ ਕੰਮ ਹੈ ਲੇਕਿਨ ਆਪੇ ਆਸਤਾ ਆਸਤਾ ਨਾਲ ਗਰੋ ਹੋ ਜਾਵਣਗੇ ਉੱਪਰ ਨਿਕਲ ਗਏ ਨੇ ਥੋੜ੍ਹੇ ਜਿਹੇ ਫਿਰ ਕੋਈ ਮਸਲਾ ਨਹੀਂ ਹੈ। ਇਹ ਦੇਖੋ ਨਾ ਸੈਂਟਰ ਵਿੱਚ ਆ ਗਏ ਨੇ ਇਹ ਵੀ ਸਾਰੇ ਬੂਟੇ ਸੈਂਟਰ 'ਚ ਆ ਰਹੇ ਨੇ ਅਤੇ ਸਾਡਾ ਤਾਂ ਜਿਵੇਂ ਇੰਝ ਲੱਗਦਾ ਜਿਵੇਂ ਜਗ੍ਹਾ ਹੀ ਕਿਆਰੀਆਂ ਵਾਸਤੇ ਬਣਾਈ ਹੋਵੇ ਪੂਰੀ ਪੂਰੀ ਜਗ੍ਹਾ ਸੀ ਅਗਰ ਪਹਿਲੇ ਪਤਾ ਹੁੰਦਾ ਨਾ ਵੀ ਕਿਆਰੀਆਂ ਰੱਖਣੀਆਂ ਅਤੇ ਥੋੜ੍ਹਾ ਜਿਹਾ ਫਾਸਲਾ ਹੋਰ ਖੁੱਲ੍ਹਾ ਬਣਾ ਕੇ ਨਾ ਫਿਰ ਲਾਉਣੀਆਂ ਸੀ ਅਤੇ ਚਲੋ ਕੋਈ ਨਹੀਂ। ਹਾਂ ਚੌਰੀ ਸਾਹਿਬ ਤੈਨੂੰ ਅੱਗੇ ਮੈਂ ਆਖਿਆ ਅੰਦਰ ਚਲਾ ਜਾ ਬੱਚਿਆਂ ਵਾਸਤੇ ਪਤਾ ਕਿੰਨੀ ਵੱਡਾ ਫਿਰ ਬਰਦਾਸ਼ਤ ਕਰ ਬਹੁਤ ਹੀ ਮੌਸਮ ਇਹ ਕਿਸਮ ਦਾ ਨਾ ਯਕੀਨ ਕਰ ਜਾਓ ਕਿ ਅੱਲਾਹ ਦਾ ਅਜ਼ਾਬ ਹੈ ਸਾਡੇ ਅਤੇ ਸਾਰਿਆਂ 'ਤੇ ਠੀਕ ਆ ਅਤੇ ਸਾਡੇ 'ਤੇ ਨਹੀਂ ਇਹ ਸਾਰਿਆਂ ਪਾਕਿਸਤਾਨ 'ਤੇ ਹੀ ਹਾਲਾਤ ਹੋਇਆ ਪਿਆ ਅਤੇ ਇਤਨਾ ਮੌਸਮ ਖਰਾਬ ਪਹਿਲੇ ਵੀ ਆਉਂਦੀ ਸੀ ਸਮੋਕ ਵਗੈਰਾ ਲੇਕਿਨ ਇੰਨੀ ਮੈਂ ਜ਼ਿੰਦਗੀ ਸਮੋਕ ਕਦੇ ਨਹੀਂ ਵੇਖੀ ਧੁੰਦ ਆਉਂਦੀ ਤਾਂ ਖੈਰ ਇਹ ਤਾਂ ਪਿਓਰ ਜਿਹੜੀ ਹੈ ਨਾ ਸਮਝ ਲਓ ਕਿ ਸਮੋਕ ਹੈ ਨਹੀਂ ਤਾਂ ਬੱਚੇ ਇਸ ਤਰ੍ਹਾਂ ਨਹੀਂ ਫਿਰਦੇ ਹੋਣੇ ਸੀ ਸਾਡੇ ਉੱਤੇ ਬੱਗੜ ਬੁੱਗੜ ਹੋਣਾ ਬਿਲਕੁਲ ਜ਼ਰਾ ਸਾਰੀ ਵੀ ਨਮੀ ਕੋਈ ਨਹੀਂ ਇਹਦੇ ਵਿੱਚ ਠੀਕ ਆ ਬਿਲਕੁਲ ਖਾਲੇ ਸਮੋਕ ਅਤੇ ਹੈ ਹੀ ਬਹੁਤ ਜ਼ਿਆਦਾ ਖਤਰਨਾਕ। ਬੇਗਮ ਸਾਹਿਬਾਂ ਕੱਪੜੇ ਵਗੈਰਾ ਧੋਣ ਲੱਗੀ ਹੈ ਔਰ ਕੱਲ੍ਹ ਦੇ ਕੋਈ ਖੁਸ਼ਕ ਹੋਣ ਵਾਲੇ ਪੈਸੇ ਉਹ ਜਿਹੜਾ ਹੈ ਨਾ ਖੁਸ਼ਕ ਕਰਨ ਵਾਸਤੇ ਪਾ ਦਿੱਤੇ ਨੇ ਔਰ ਬੱਚੇ ਨਾ ਬਾਹਰ ਨਹੀਂ ਆਉਂਦੇ ਪਏ ਬੱਚਿਆਂ ਨੂੰ ਅੰਦਰ ਭੇਜ ਤੂੰ ਇਹ ਵੱਡਿਆਂ ਦੇ ਸਾਹ ਬੰਦ ਹੁੰਦੇ ਪਣ ਇਸ ਤਰ੍ਹਾਂ ਦਾ ਮੌਸਮ ਬਣਿਆ ਪਿਆ UPS ਅਗਰ ਚਾਰਜਿੰਗ ਹੋਵੇ ਆ ਜੇਕਰ ਕੋਈ ਸੂਰਜ ਨਿਕਲਦਾ ਤਾਂ ਸੂਰਜ ਤਾਂ ਹੈ ਕੋਈ ਨਹੀਂ ਚਾਰਜਿੰਗ ਉਹਨੇ ਕਿਸ ਸ਼ਾਇਦ ਨਾ ਹੋਣਾ ਬਾਕੀ ਦੀਆਂ ਕਿਆਰੀਆਂ ਵੀ ਲਿਆ ਕੇ ਰੱਖਣਾ ਇੱਕ ਨੁਕਸਾਨ ਹੋ ਗਿਆ ਛੋਟਾ ਜਿਹਾ ਇਹ ਦੇਖੋ ਜੀ ਇੱਕ ਟਹਿਣੀ ਜਿਹੜੀ ਹੈਗੀ ਨਾ ਇਹਦੇ ਨਾਲ ਟੁੱਟ ਗਈ ਆ ਇਹ ਵਾਲੀਆਂ ਜਿਹੜੀਆਂ ਕਿਆਰੀਆਂ ਨੇ ਨਾ ਇਹਨਾਂ ਉੱਤੇ ਫੁੱਲ ਆ ਕੇ ਨਾ ਛੱਪਰ ਉੱਤੇ ਰੱਖਣੇ ਔਰ ਇਹਨਾਂ ਦੇ ਵਿੱਚ ਪਹਿਲੇ ਤਾਂ ਮੱਟੀ ਪਾਵਾਂਗੇ ਨਾ ਪਹਿਲੇ ਰੰਗ ਕਰਾਂਗੇ ਫਿਰ ਮੱਟੀ ਪਾਵਾਂਗੇ ਫਿਰ ਇੱਥੇ ਉੱਪਰ ਰੱਖਾਂਗੇ ਅਤੇ ਇਹ ਵਾਲੇ ਇਹਨਾਂ ਵਿੱਚ ਫੁੱਲ ਆਉਣੇ ਨੇ ਜਿਹੜੇ ਆ ਲਿਆ ਕੇ ਰੱਖੇ ਨੇ ਸੀਮਿੰਟ ਲੈ ਕੇ ਆਉਂਦਾ ਸੀਮਿੰਟ ਮਾਰਨਾ ਇਹਨਾਂ ਕਿਆਰੀਆਂ ਦੇ ਅੰਦਰ ਉੱਥੋਂ ਨਾ ਪਾਣੀ ਵੀ ਲੈ ਗਿਆ ਕਿਸੇ ਸ਼ਾਇਦ ਇਹ ਕਰੰਡੀ ਵੀ ਲੈ ਆਉਂਦੀ ਆ ਵੀ ਚੱਕ ਕੇ ਲੈ ਆਉਂਦਾ ਔਰ ਇਹਨਾਂ ਦੇ ਵਿੱਚ ਨਾ ਪੋਚਾ ਮਾਰਨਾ ਔਰ ਬੇਗਮ ਸਾਹਿਬਾਂ ਪਕਾ ਰਹੀ ਹੈ ਕੀ ਪੱਕ ਰਿਹਾ ਆਲੂ ਮਟਰ ਆਲੂ ਮਟਰ ਅੱਜ ਕੱਲ੍ਹ ਆਲੂ ਗਾਜਰ ਪਕਾਏ ਸੀ ਅੱਜ ਆਲੂ ਮਟਰ ਪੱਕ ਰਹੇ ਨੇ ਤੇ ਇਹ ਕੀ ਹੋ ਰਿਹਾ ਟ੍ਰੇਨ ਬਣੀ ਖੜੀ ਹੈ ਹਾਂ ਉੱਥੋਂ ਰੱਖ ਕੇ ਛੋਟੀਆਂ ਤੋਂ ਪੀੜ ਵੱਡੀਆਂ ਵੱਡੀਆਂ ਪੀੜੀਆਂ ਚੱਲ ਉੱਥੇ ਉੱਧਰ ਜਾ ਕੇ ਖੇਲ ਇੱਥੇ ਖੇਲਣ ਦੀ ਜਗ੍ਹਾ ਬਾਕੀ ਆ ਤੁਹਾਨੂੰ ਵਿਖਾਉਣਾ ਸੀ ਇਹ ਵੀ ਸਾਰੀਆਂ ਜੋੜ ਲਈਆਂ ਸੀ ਜੋੜ ਕੇ ਅਤੇ ਲੈ ਆਉਂਦੀ ਹੈ ਸੀਮਿੰਟ ਬੱਠਲ ਚੱਕ ਬੱਠਲ ਦੇ ਵਿੱਚ ਪੈਣੀ ਹੈ ਬੱਠਲ ਦੇ ਵਿੱਚ ਵੇਹ ਕੇ ਨਾ ਅਤੇ ਫਿਰ ਇਹਦੇ ਨਾਲ ਪੋਚਾ ਮਾਰਨਾ ਅੰਦਰ ਵਾਲੀ ਸਾਈਡ ਤੋਂ ਦੋ ਦੋ ਕੋਟ ਮਾਰਾਂਗੇ ਅੰਦਰੋਂ ਗਿੱਲਾ ਕਰਕੇ ਤਾਂ ਕਿ ਫਿਰ ਨਮੀ ਵਗੈਰਾ ਜਿਹੜੀ ਇਹਨਾਂ ਨਾ ਹੋਵੇ ਫਿਰ ਇਹਦੇ ਵਿੱਚ ਜਿਹੜਾ ਹੈਗਾ ਨਾ ਪਾਣੀ ਉਹ ਕੀ ਸੱਦੇ ਨੇ ਮੱਟੀ ਵਗੈਰਾ ਫਿਰ ਇਹਨੂੰ ਕਲਰ ਵਗੈਰਾ ਕਰਾਂਗੇ ਸਾਡੇ 2-3 ਦਿਨ ਲੱਗ ਜਾਣੇ ਆ ਮੇਰੇ ਖਿਆਲ ਦੇ ਵਿੱਚ ਇਹਦਾ ਬਣਾਉਣਾ ਹੈ ਜੀ ਪੋਚਾ ਸੀਮਿੰਟ ਨੂੰ ਅੱਛੀ ਤਰੀਕੇ ਨਾਲ ਹੱਲ ਕਰਕੇ ਪਤਾ ਨਹੀਂ ਸੀਮਿੰਟ ਪੱਕਾ ਹੁੰਦਾ ਹੀ ਕਿ ਨਹੀਂ ਹੁੰਦਾ ਤਰਾਈ ਵਗੈਰਾ ਕਰਕੇ ਤਾਂ ਮੈਂ ਪਲਸਤਰ ਜਿਹਾ ਕੀਤਾ ਬੁਰਸ਼ ਨਾਲ ਅਤੇ ਇਹਦੇ ਖੁੰਦ ਵਾਲੀ ਸਾਈਡ ਤੋਂ ਲਾ ਦਿੱਤਾ ਐਂ ਇਹ ਰਹਿੰਦੀ ਆ ਇਹ 3 ਰਹਿ ਗਈਆਂ 2 ਹੈ ਅਤੇ 1-3 ਬਾਕੀ ਸਾਰੀਆਂ ਹੋ ਗਈਆਂ ਨੇ ਉਹ ਵੀ ਹੋ ਗਈਆਂ ਔਰ ਬੇਗਮ ਸਾਹਿਬਾਂ ਸਾਲਣ ਵਗੈਰਾ ਬਣਾ ਰਹੀ ਆ ਮੈਂ ਤਾਂ ਇੱਕ ਹੋਰ ਸੋਚਦਾ ਪਿਆ ਇੱਕ ਆਈਡੀਆ ਮੈਂ ਲਾਇਆ ਮੇਰੇ ਕੋਲ ਤਾਂ ਛੱਤ ਨੇ ਇੱਕ ਪੈਪ ਪਿਆ ਹੋਇਆ ਪੈਪ ਨਾਲ ਨਾ ਡੈਕੋਰੇਸ਼ਨ ਕਰਦੇ ਕੀ ਖਿਆਲ ਹੈ ਇੱਥੇ ਲਾਉਂਦੇ ਹਾਂ ਥੱਲੇ ਵਾਲੀ ਸਾਈਡ ਬਲਕਿ ਇੱਥੇ ਨਹੀਂ ਲੱਗੇਗਾ ਕਿੱਥੇ ਕਰਕੇ ਲਾਈਏ ਉੱਥੇ ਨਾ ਉਹ ਸਾਹਮਣੇ ਪੈਪ ਲਾਉਂਦੇ ਹਾਂ ਉਹਦੀ ਡੈਕੋਰੇਸ਼ਨ ਬੜੀ ਬਣੇਗੀ ਚੱਕ ਕਮਾਲ ਦੀ ਔਰ ਅਲਹਮਦੁਲਿਲਾ ਜੀ ਅੱਜ ਆਲੂ ਮਟਰ ਪੱਕ ਰਹੇ ਨੇ ਕੱਲ੍ਹ ਆਲੂ ਗਾਜਰਾਂ ਪੱਕੀਆਂ ਸੀ ਪਾਈਪ ਜਿਹੜਾ ਨਾ ਮੈਂ ਚੱਕ ਕੇ ਲੈ ਆਉਂਦਾ ਔਰ ਤੁਸੀਂ ਹੈਰਾਨ ਹੋ ਗਏ ਕਿ ਇਹਦਾ ਕੀ ਕਰੂ ਮੈਂ ਇਹਦੇ ਵਿੱਚ ਨਾ ਖੇਤੀਬਾੜੀ ਕਰਨ ਲੱਗਿਆ ਹੁਣ ਤੁਸੀਂ ਸੋਚ ਰਹੇ ਹੋ ਪੈਪ ਦੇ ਅੰਦਰ ਖੇਤੀਬਾੜੀ ਕਿਵੇਂ ਕਰਨ ਲੱਗੇ ਹੋ ਸਹੀ ਗੱਲ ਹੈ ਮੈਂ ਕੁਛ ਵੀ ਕਰ ਸਕਣਾ ਕੀ ਕਰਨ ਲੱਗੇ ਕਿਵੇਂ ਕਰਕੇ ਕਰਾਂਗੇ ਮੈਨੂੰ ਆਪ ਨੂੰ ਸਮਝ ਨਹੀਂ ਪੈਂਦੀ ਕੀ ਕਰੂੰ ਇਹ ਕੀ ਨਹੀਂ ਕਰੂੰ ਹਾਂ ਦੇਖ ਲੈਣਾ ਥੋੜੀ ਦੇਰ ਤੱਕ ਨਾ ਇਹਦੇ ਵਿੱਚ ਆਪਾਂ ਕਰਨੀ ਹੈ ਜੀ ਖੇਤੀਬਾੜੀ ਹੁਣ ਮੈਚਿੰਗ ਦਾ ਉੱਥੇ ਤੱਕ ਨਾ ਮੈਚਿੰਗ ਦਾ ਕਟਿੰਗ ਕਰਨਾ ਔਰ ਇਹਦੇ ਵਿੱਚ ਆਪਾਂ ਲਾਵਾਂਗੇ ਜੀ ਸਲਾਦ ਦੇ ਪੱਤੇ ਵਾਹ ਠੀਕ ਆ ਸਹੀ
ਕੀ ਖਿਆਲ ਕਿਵੇਂ ਲੱਗਣਗੇ ਇਹਦੇ ਵਿੱਚ ਮੈਨੂੰ ਆਪ ਨੂੰ ਸਮਝ ਨਹੀਂ ਆਉਂਦੀ ਤੋਂ ਇਹਦੀ ਥੋੜੀ ਬੋਤੀ ਕਟਿੰਗ ਵਟਿੰਗ ਕਰਨੀ ਪੈਣੀ ਆ ਹੋਰ ਇਹਦੇ ਵਿੱਚ ਲਾਣੇ ਆ ਜੀ ਸਲਾਦ ਦੇ ਪੱਤੇ ਤੇ ਹੋਰ ਕੋਈ ਚੀਜ਼ ਵੀ ਲਾਵਾਂਗੇ ਹੋਰ ਕਿਹੜੀ ਇਹਦੀ ਚੱਲਦੀ ਧਨੀਆ ਲਾ ਦਈਏ ਹੈ ਸਲਾਦ ਦੇ ਪੱਤੇ ਤੇ ਧਨੀਆ ਇਸ ਦੇ ਅੰਦਰ ਜਿਹੜਾ ਹੈਗਾ ਨਾ ਲਾਣੇ ਆ ਇਨਸ਼ਾਅੱਲਾ ਸਲਾਦ ਦੇ ਪੱਤਿਆਂ ਦੀ ਤੇ ਮੈਂ ਲੈ ਆਂਦੀ ਹੋਈ ਆ ਪਨੀਰੀ ਤੇ ਧਨੀਆ ਜਿਹੜਾ ਹੈਗਾ ਨਾ ਇਹਦੇ ਚ ਵੈਸੇ ਹੀ ਉਗਾਵਾਂਗੇ ਇਹ ਦੇਖੋ ਜੀ ਸਲਾਦ ਦੇ ਪੱਤੇ ਬੜੇ ਸੋਹਣੇ ਹੈਗੇ ਮੇਰੇ ਖਿਆਲ ਪਨੀਰੀ ਬੜੀ ਵੀਆਈਪੀ ਆ और सारे तो पहले इन साफ करना साफ करके इनकी मैचिंग का कटिंग करके लभ लभ आ रही मिट ला अब्दुल रहमान साहब आ रही लभदा पे आ रही तो बगैर तो कटिंग नहीं होनी तो करते हैं तो हिसाब किताब कटिंग वटिंग करके ना फिर तुम दिखाने बल्कि नाल नाल कटिंग ही करांगे नाल नाल तुम दिखावांगे शायद उस तो नहीं बनानी पै सकती आ अग बलदी पी आते इनकी वेखी तू ये बड़ा वी आई पी माहौल बन जाना इनका मेहनती बल्कि ना अज आप टारगेट यू रखने क्यारियां सैट करने अज मट्टी वगैरह बर्थी नहीं करते मट्टी सुबह पावे तो अज आप ना इनकी मुकम्मल डेकोरेशन करते हैं इस दी इंशाल्लाह बिजली सुबह की गई हुई है नहीं तो ग्रैंडर मशीन पे से उन्हें कटिंग कर लेंगे पैप की काफ़ी टाइम कोशिश की इस कटिया ही नहीं जा रहा पैप यह जरा है ना ब्लेड भी खराब है तो नवा हूँ लिया वा बेहतर है बिजली का इंतजार करने अल्लाह करे बिजली आ जाए UPS भी ऑफ है क्योंकि सूरज नहीं निकलिया हुआ अज निकलिया ही नहीं सूरज स्मोक है धुंध नहीं है स्मोक है लेकिन सूरज नजर ही नहीं आया पता नहीं कितने है कितने नहीं कोई नजर ही नहीं आ रहा सूरज अग बल गई और सालन हो गया तैयार रोटियां पक के अलहमदुल्ला जी रेडी हो चुकी ने और हम चलने जी खाने पीने और बाकी यह सारा काम मुकम्मल हो चुका है और कलर वगैरह हल नहीं करना जिनी देर क्यारियां खुश्क नहीं होंगे क्यों क्यारियां दोबारा फिर गिलियां करती हूँ धुप निकली तो ही रंग करा हाँ जी बाकी इन्होंने अपनी अपनी जगह पर रखने जिथे जिथे ना रखनिया ने ठहर के रोटी पानी खा के अलहमदुल्ला जी नवे काम में शुरू हो गए इतना ज्यादा समय लोग मुश्किल काम है ना मेहनत तो अखा के पानी मारन जा रहा अखा के काफ़ी सारा नबूरा जो पै गया अग वगैरह जो बन लगे इन्हू ना सैट करने वास्ते ये आला पाइप जगा ना असं इस जगह पर लावे क्योंकि इस जगह पर ज़्यादा रोशनी पैंती है ना जो भी सूरज निकलता है ना सर्दियों में चाहे गर्मी इस जगह पर ज़्यादा रोशनी होंगी है तो पौधे वगैरह या कोई चीज़ उन्होंने रोशनी की जरूरत होंगी इस करके ना इतने सामने ही लावे दीवार ना फिर सारी मेहनत तो बाद मैं ब्लॉग नहीं बना सकता क्योंकि मैं सारा काम करता पाया नहीं तो मैं तुम दिखाव ही है कि मैं बनाया किए है देखो जी पाइप हो चुका है बिल्कुल रेडी है फार्मिंग वास्ते ठीक है जी ये चाइनीज स्टाइल फार्मिंग यानी न्यू टेक्नोलॉजी के नाल जिहड़ा है ना गंबला तैयार किया और ये बड़ी मेहनत ना गंबला तैयार हो कम अज कम मैं घंटा डेढ़ लग्या इनकी फिटिंग वगैरह कर दें इनू ना सैट कर दें तकरीबन काफ़ी टाइम लग्या इनकी हूँ ना इंशाल्लाह अगे इन कलर वगैरह ही हाले करना इनकी थोड़ी बहुत पेंटिंग करनी है तो उस तो बाद जो भी इनका प्रोसैस है तुम दिखावे लेकिन जो बना रहे थे वो नहीं दिखा सकिया तोड़ तक ना यह जो खाने बने हुए ना इस साइड पर भी तो इस साइड पर भी इन्होंने आप पानी है जी मट्टी वगैरह या जो भी तुसी इस्तेमाल करते हो कि सदे ने मसलन तूड़ी वगैरह या कोई चीज़ ही है ना फार्मिंग वास्ते ठीक है तो वह आप इन पा देना तोड़ तक तो इन आप चाहे फुल के बूटे चाहे सलाद के पत्ते तो चाहे धनिया वगैरह जिहड़ी शा मर्जी इन जरा तुसी उगा सकते हो तो थोड़ी जी जगह पर फिर मज़े की गल है कि जगह की बहुत ज़्यादा बचत है कि तुसी तकरीबन 5 इंच जगह ते ना तुसी अच्छी खासी फार्मिंग कर सकते हो जी कैसी गल है वाह तोड़ तक जो डिजाइन वगैरह बेगम साहब इतने बल्कि फड़ के विखा ना कि एक दीवार दे नाल ना ये असि इत्थे करके लावांगे इत्थे पकड़ के रख इस तरह ए ऐ चेक करो ठीक है ये दीवार दे बराबर मैं कटिया ये हूँ जिथे लग्या खड़ा ना इतें ही ना इन साइडा तो जी मिट्टी पा देनी बेच हाँ जी तो इन्होंने चाहे सब्जी के पौधे ला लो धनिया ला लो चाहे फुल के पौधे ला लो कोई चीज़ ही लाओगे ना तो इंज करके जो उन्हें होना है ना एक तो घर की खूबसूरत खूबसूरती डबल ट्रिपल हो जाएगी और दूसरा यह इन्नी सारी जगह है इन्हें आराम सुकून ना मिट्टी वगैरह भर के ना छोटी सब्जियां पौधे वगैरह तुम ना आसानी नाल लग जावणगे बाकी किवें दा लग्या मेरी टेक्नोलॉजी हाँ कमेंट करके जरूर दसना हाले मैं कलर वगैरह करके ना हाले दी फिटिंग वगैरह करनी है ना जदों फिर तुसी देखना किवें लगता है काफ़ी सारिया ने जी मेरा डायलॉग सुनया सी ना अज कह रहे होणगे ना वाकई नवाज़ भी मैं जदों कहा सी ना कि असी गार्डन आसमान दे विच बणावण लगे
ਉੱਪਰ ਉੱਡਿਆ ਹੋਵੇਗਾ। ਕਿਹਾ ਸੀ ਨਾ ਮੈਂ ਤੁਹਾਨੂੰ, ਤੇ ਇਹ ਦੇਖ ਲਓ ਉਹ ਸਿਸਟਮ ਜਿਹੜਾ ਉਹਨਾਂ ਲਾ ਦਿੱਤਾ, ਸਾਡਾ ਗਾਰਡਨ ਹਵਾ ਦੇ ਵਿੱਚ ਲਹਿਰਾ ਰਿਹਾ ਹੋਵੇਗਾ। ਹਵਾ ਚ ਉੱਡ ਸੀ, ਹਾਂ ਹਵਾ ਚ ਜਿਹੜਾ ਹੈਗਾ ਅਸਮਾਨ ਤੇ। ਤੁਹਾਨੂੰ ਦੱਸਿਆ ਸੀ ਅਸੀਂ ਗਾਰਡਨ ਬਣਾਉਣਾ ਤੇ ਹਾਲੇ ਮਜ਼ੀਦ ਇਹ ਤੇ ਹਾਲੇ ਮੈਂ ਇੱਕ ਚੀਜ਼ ਤੁਹਾਨੂੰ ਦਿਖਾਈ ਆ ਤੇ ਮਜ਼ੀਦ ਹਾਲੇ ਮੇਰੇ ਨਿਕੰਮੇ ਜ਼ਹਿਨ ਦੇ ਵਿੱਚ ਕਾਫੀ ਸਾਰੇ ਆਈਡੀਆ ਨੇ। ਅੱਗੇ ਚੱਲ ਕੇ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਕੀ ਕਰਨ ਲੱਗਿਆ ਹਾਂ। ਥੋੜੇ ਪੈਸਿਆਂ ਦੇ ਵਿੱਚ ਨਾ ਘਰ ਦੀ ਡੈਕੋਰੇਸ਼ਨ ਹੋਵੇਗੀ ਇਨਸ਼ਾਅੱਲਾ। ਇਸ ਤੋਂ ਬਾਅਦ ਤੁਹਾਨੂੰ ਵੱਖ ਵੱਖ ਖਾਲੀ ਗੱਲਾਂ ਨਹੀਂ ਸੁਣਨ ਨੂੰ ਮਿਲਣਗੀਆਂ, ਕੋਈ ਨਾ ਕੋਈ ਤੁਹਾਡਾ ਫਾਇਦਾ ਵੀ ਹੋਵੇਗਾ। ਘਰਾਂ ਦੇ ਵਿੱਚ ਮਸਲ ਤੁਸੀਂ ਡੈਕੋਰੇਟ ਕਿਸ ਤਰ੍ਹਾਂ ਗਾਰਡਨ ਬਣਾ ਸਕਦੇ ਹੋ ਕੀ, ਉਹ ਵੀ ਨਾਲ ਤੁਹਾਨੂੰ ਜਿਹੜਾ ਹੈਗਾ ਨਾ ਵਿਖਾਇਆ ਕਰਾਂਗੇ ਮਾੜਾ ਮੋਟਾ ਇਨਸ਼ਾਅੱਲਾ। ਹਾਂ ਚਲੋ ਤੁਸੀਂ ਦੇਖ ਦਿਓ, ਕੋਈ ਨਾਲ ਤੁਹਾਡਾ ਵੀ ਫਾਇਦਾ ਹੋਵੇ ਨਾ। ਇਹਨੂੰ ਨਾ ਕਿਧਰੇ ਐਸੀ ਜਗ੍ਹਾ ਰੱਖ ਜਿੱਥੇ ਬੱਚੇ ਨਾ ਆਉਣ, ਕਿਉਂਕਿ ਜ਼ੋਰ ਨਾ ਇੱਕ ਵਾਰੀ ਗਿਰ ਗਿਆ ਨਾ। ਚਲੋ ਛੱਤ ਤੇ ਉੱਥੇ ਵਿੱਚ ਹੀ ਰੱਖ ਦਿੰਦੇ, ਕਿਉਂਕਿ ਗਿਰ ਗਿਆ ਤੇ ਫਿਰ ਨਾ ਟੁੱਟ ਵੀ ਸਕਦਾ। ਆਪਾਂ ਇਹਨੂੰ ਮਜ਼ਬੂਤ ਕਰਕੇ ਲਾਵਾਂਗੇ। ਹਾਂ ਜਦੋਂ ਇਹ ਲਾਇਆ ਨਾ ਫਿਰ ਤੁਹਾਨੂੰ ਸ਼ੁਭ ਸੁਬੋ ਬਲ ਕੇ ਇਨਸ਼ਾਅੱਲਾ ਲਾਵਾਂਗੇ, ਕਿਉਂਕਿ ਹੁਣ ਤੇ ਸ਼ਾਮ ਹੋ ਗਈ ਆ ਤੇ ਮੱਟੀ ਵਗੈਰਾ ਵੀ ਨਹੀਂ ਆਈ, ਨਹੀਂ ਤਾਂ ਤੁਹਾਨੂੰ ਸਾਰਾ ਸਿਸਟਮ ਇਹਦਾ ਮੈਚ ਕਰਕੇ ਵਿਖਾਉਣਾ ਸੀ, ਨਹੀਂ ਦਿਖਾ ਸਕਿਆ। ਚਲੋ ਕੋਈ ਨਹੀਂ, ਸਮੋਗ ਦੇਖੋ ਹੁਣੇ ਨਾਲ ਕਿੰਨੀ ਪੈ ਰਹੀ ਆ, ਔਰ ਜ਼ਰਾ ਸਾਰੀ ਵੀ ਸਰਦੀ ਕੋਈ ਨਹੀਂ ਆ ਬਿਲਕੁਲ ਹੀ। ਔਰ ਅੱਜ ਅਸੀਂ ਟੈਮੋ ਟੈਮ ਨਾਲ ਚਾਏ ਵਗੈਰਾ ਪਕਾ ਕੇ ਪੀ ਕੇ ਜਿਹੜਾ ਹੈਗਾ ਨਾ ਅਸੀਂ ਚੱਲਿਆ ਅੰਦਰ। ਹਾਂਜੀ ਇਹ ਮੰਜਾ ਚੱਕ ਲਈ। ਹਾਂਜੀ ਬਾਕੀ ਇਨਸ਼ਾਅੱਲਾ ਸੁਬਹ ਦੇਖਦੇ ਹਾਂ ਹੁਣ ਆਪਾਂ ਕੀ ਕਰਨਾ, ਕਾਫੀ ਸਾਰੇ ਕੰਮ ਵਗੈਰਾ ਕਰਨ ਵਾਲੇ ਪਏ ਨੇ। ਹਾਲੇ ਦਾ ਬਾਨ ਲੈ ਕੇ ਆਉਣਾ, ਇੱਕ ਹੁਣ ਮੈਂ ਨਵਾਂ ਜੱਜੜ ਪੁੰਜਾ ਛੇੜ ਲਿਆ। ਮਿੱਠੋ ਮਿੱਠੋ, ਹਾਂ ਮਿੱਠੋ, ਬਿਜਲੀ ਅੱਜ ਬਹੁਤ ਜ਼ਿਆਦਾ ਜਾ ਰਹੀ ਹੈ। ਉਹਦੀ ਵਜ੍ਹਾ ਹੈ ਕਿ ਤਕਰੀਬਨ ਮੇਰੇ ਖਿਆਲ ਹੈ 50% ਲੋਕਾਂ ਨੇ ਘਰਾਂ ਦੇ ਉੱਤੇ ਸੋਲਰ ਪਲੇਟਾਂ ਲਾਈਆਂ ਹੋਈਆਂ ਨੇ, ਜਿਹਦੀ ਵਜ੍ਹਾ ਤੋਂ ਸੋਲਰ ਪਲੇਟਾਂ ਦੀ ਵਜ੍ਹਾ ਤੋਂ ਨਹੀਂ ਮਸਲ ਸਮੋਗ ਬਹੁਤ ਜ਼ਿਆਦਾ, ਤੇ ਸੋਲਰ ਪਲੇਟਾਂ ਹੋਣ ਦੇ ਬਾਵਜੂਦ UPS ਵਗੈਰਾ ਬੰਦ ਨੇ, ਉਹਦੀ ਬਿਜਲੀ ਇਸਤੇਮਾਲ ਨਹੀਂ ਹੋ ਰਹੀ, ਤੇ ਇਸੇ ਕਰਕੇ ਜਿਹੜਾ ਹੈਗਾ ਨਾ ਆਮ ਦੂਸਰੀ ਬਿਜਲੀ ਇਸਤੇਮਾਲ ਕਰਦੀ ਪਈ ਆ, ਯਾਨੀ ਬਿਜਲੀ ਦਾ ਲੋਡ ਜਿਹੜਾ ਹੈਗਾ ਨਾ ਡਬਲ ਹੋ ਗਿਆ ਇਸ ਵਜ੍ਹਾ ਤੋਂ। ਸੂਰਜ ਜਾਂ ਨਿਕਲਿਆ ਨਾ ਤੇ ਫਿਰ ਜਿਹੜਾ ਹੈਗਾ ਨਾ ਨੋਰਮਲ ਰੂਟੀਨ ਤੇ ਫਿਰ ਬਿਜਲੀ ਜਿਹੜਾ ਨਹੀਂ ਜਾਵੇਗੀ। ਲੋਡ ਤਕਰੀਬਨ ਅੱਜ ਸਾਰਾ ਦਿਨ ਬਿਜਲੀ ਕੋਈ ਸੀ, ਰਾਤ ਦੇ 3-4 ਵਜੇ ਦੀ ਗਈ, ਹੁਣ ਵੀ ਆਈ ਆ ਤੇ ਮਿੰਟ ਬਾਅਦ ਜਾ ਰਹੀ ਆ, ਮਿੰਟ ਬਾਅਦ ਆ ਰਹੀ ਆ। 2-3 ਮੈਨੂੰ ਪੁਰਜ਼ੇ ਚਾਹੀਦੇ ਸੀ, ਸਾਰਾ ਗੰਦ ਫਰੋਲ ਮਾਰਿਆ। ਜਿਹੜੇ ਪੁਰਜ਼ੇ ਚਾਹੀਦੇ ਸੀ ਮੈਨੂੰ ਪੁਰਜ਼ੇ ਨਹੀਂ ਮਿਲਦੇ, ਮੇਰੀ ਸਾਰੀ ਦੀ ਸਾਰੀ ਜਿਹੜੀ ਆ ਨਾ ਮਿਹਨਤ ਖਰਾਬ ਹੋ ਰਹੀ ਆ। ਲੇਕਿਨ ਇਹ ਆ ਕਿ ਨਵੇਂ ਲੈ ਕੇ ਆ ਜਾਵਾਂ ਕੋਈ ਮਸਲਾ ਨਹੀਂ, ਕੋਈ ਮੈਨੂੰ ਚਾਹੀਦੀ ਸੀ ਇੱਥੇ ਉਹ ਕੁੰਡੀਆਂ ਜੀ ਹੈਗੀਆਂ ਸੀ ਲੈ ਕੇ ਰੱਖੀਆਂ ਹੋਈਆਂ, ਉਹ ਵੀ ਨਹੀਂ ਮਿਲਦੀਆਂ, ਤੁਹਾਨੂੰ ਨਹੀਂ ਸਮਝ ਆਉਣੀ, ਲੇਕਿਨ ਮੈਨੂੰ ਉਹਨਾਂ ਚੀਜ਼ਾਂ ਦਾ ਪਤਾ ਕਿਹੜੀ ਮੈਨੂੰ ਚੀਜ਼ ਚਾਹੀਦੀ ਸੀ। ਐਪ ਵਗੈਰਾ ਪਹਿਲੇ ਲਾਇਆ ਹੋਇਆ ਸੀ ਨਾ, ਤਾਂ ਉਹਨਾਂ ਨਾਲ ਲੱਥ ਕੇ ਰੱਖੀਆਂ ਹੋਈਆਂ ਸੀ, ਅਤੇ ਉਹ ਕੁੰਡੀਆਂ ਜੀ ਬਣੀਆਂ ਹੁੰਦੀਆਂ ਨੇ, ਜਿਹੜਾ ਉਹ ਪੈਪ ਆਪਾਂ ਬਣਾਇਆ ਨਹੀਂ ਹੈ ਫੁੱਲਾਂ 'ਚ ਜਿਹਦੇ ਫੁੱਲ ਵਗੈਰਾ ਲਾਉਣੇ, ਉਹਨਾਂ ਨੂੰ ਕਾਬੂ ਕਰਨ ਵਾਸਤੇ ਕਲੰਪ ਜਿਹਾ ਬਣਾਏ, ਚੂੰਡੀਆਂ ਜੀ ਬਣੀਆਂ ਹੁੰਦੀਆਂ, ਉਹ ਅਗਰ ਨਾ ਮਿਲੀਆਂ ਤਾਂ ਫਿਰ ਨਵੀਆਂ ਲੈਵਾਂਗੇ। ਪਈਆਂ ਸੀ ਲੇਕਿਨ ਮੇਰੇ ਖਿਆਲ 5-7 ਪਈਆਂ ਸੀ, ਲੇਕਿਨ ਹੁਣ ਮਿਲ ਨਹੀਂ ਰਹੀਆਂ। ਨਾ ਮੈਂ ਤੁਹਾਨੂੰ ਐਸਾ ਘਰ ਬਣਾ ਕੇ ਵਿਖਾਵਾਂਗਾ ਨਾ, ਤੁਸੀਂ ਯਾਦ ਕਰੋਗੇ, ਵੇਖਣਾ ਹੁਣ ਮੈਂ ਜਿਹੜਾ ਨਾ ਕੀ ਕਰਦਾ। ਬਾਕੀ ਚਲਦੇ ਹਾਂ ਜੀ ਥੱਲੇ, ਦੇਖਦੇ ਹਾਂ ਚਾਹ ਵਗੈਰਾ ਚੱਲ ਕੇ ਨਾ ਪੀਂਦੇ ਹਾਂ। ਅਤੇ ਹੁਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਯਾਰ, ਹੁਣ ਤਾਂ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ। ਇਤਨਾ ਕੁਛ ਜਿਹੜਾ ਹੈਗਾ ਨਾ ਤੁਹਾਡੇ ਵਾਸਤੇ ਕਰਦਾ, ਤੁਸੀਂ ਕਹਿੰਦੇ ਘਰ ਗੰਦਾ ਹੈ, ਘਰ ਗੰਦਾ ਹੈ, ਕੂੜਾ ਹੈ ਘਰ, ਹੁਣ ਮੈਂ ਘਰ ਅੱਛਾ ਕਰਦਾ ਪਿਆ, ਫਿਰ ਵੀ ਚੈਨਲ ਸਬਸਕ੍ਰਾਈਬ ਨਹੀਂ ਕਰਦੇ, ਕਰ ਦਿਓ ਚੈਨਲ ਨਹੀਂ ਕੀਤਾ ਹੋਇਆ। ਆ ਵੀ ਕਰਦੇ ਹਾਂ ਖਤਮ, ਇਨਸ਼ਾਅੱਲਾ ਹੁੰਦੀ ਹੈ ਜੀ ਕੱਲ੍ਹ ਮੁਲਾਕਾਤ, ਖੁਦਾ ਹਾਫਿਜ਼। ਸੱਲਾ ਨਹੀਂ ਗਏ ਬਾਨ, ਕਾਫੀ ਸਾਰੇ ਜਿਹੜੇ ਨੇ ਕੰਮ ਕਰਨ ਵਾਲੇ ਪਏ ਨੇ, ਅਤੇ ਇਨਸ਼ਾਅੱਲਾ ਸੁਬਹ ਕੋਸ਼ਿਸ਼ ਕਰਾਂਗੇ ਨਬੇੜ ਨਬੂੜ ਕੇ ਜਿਹੜਾ ਨਾ ਵਿਹਲੇ ਹੋਈਏ, ਕੋਈ ਹੋਰ ਕੰਮ ਕਰੀਏ। ਹਾਂ ਚਾਹੇ ਤਿਆਰ ਹੋ ਨਹੀਂ ਗਈ ਲਿਆ ਫਿਰ। ਹਾਂ ਮੈਨੂੰ ਨਾ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ, ਅੱਗੇ ਘਰ ਦੇ ਅੰਦਰ ਗੰਦ ਵੱਗਿਆ ਹੋਇਆ ਸੀ ਅਤੇ ਕਾਫੀ ਸਾਰੇ ਕਹਿ ਰਹੇ ਸੀ ਤੂੰ ਸਫਾਈ ਰੱਖਦੇ, ਹੁਣ ਸਫਾਈ ਰੱਖੀ ਆ, ਸਫਾਈ ਕੀਤਾ ਫਿਰ ਪੈਸੇ ਤਾਂ ਲੱਗਦੇ ਨੇ, ਅਤੇ ਹੁਣ ਸਫਾਈ ਕੀਤੀ ਅਤੇ 1-2 ਕਮੈਂਟ ਦੁਪਹਿਰ ਵਾਲੇ ਬੁਲਾ ਗਏ ਸੀ ਕਿ ਤੁਹਾਡੇ ਕੋਲ ਪੈਸੇ ਜਿਹੜਾ ਹੈਗਾ ਨਾ ਜ਼ਾਇਆ ਬਹੁਤ ਕਰਦੇ ਹੋ, ਫਲਾਣ ਡਿਗਾਣ ਮਸਲਾ। ਤਾਂ ਮੈਂ ਹੈਰਾਨ ਆ, ਘਰ ਸਾਫ਼ ਰੱਖੀਏ ਫਿਰ ਵੀ ਮਸਲਾ ਹੈ, ਅਗਰ ਘਰ ਸਾਫ਼ ਨਾ ਰੱਖੀਏ ਫਿਰ ਵੀ ਮਸਲਾ ਹੈ, ਔਰ ਬਿਜਲੀ ਫਿਰ ਚਲੀ ਗਈ ਆ।